ਨਹੀਂ ਤੂੰ ਕੁੜੀ ਐ ਤੂੰ ਨਹੀਂ ਕਰ ਸਕਦੀ ਤੇਰੀ ਟੈਕਨੀਕਲ ਐਸਪੈਕਟ ਨਹੀਂ ਸਟਰੋਂਗ ਹੋ ਸਕਦਾ ਲਾਈਟਿੰਗ ਤੈਨੂੰ ਨਹੀਂ ਪਤਾ ਲੱਗਣੀ ਜਾਂ ਕੋਈ ਕੰਮ ਹੋਇਆ ਚੰਗੀ ਭਲੀ ਇੰਜੀਨੀਅਰਿੰਗ ਕੁੜੀ ਨੂੰ ਘਰਵਾਈ ਐ ਤਾਂ ਕਿੱਥੇ ਜਾ ਕੇ ਧੱਕੇ ਖਾ ਰਹੀ ਐ ਥੋੜੀ ਦੇਰ ਪਹਿਲਾਂ ਮੈਂ ਉਹਨਾਂ ਨਾਲ 3-4 ਵਜੇ ਮੀਟਿੰਗ ਕਰਕੇ ਗਈ ਐ ਤੇ ਸ਼ਾਮ ਨੂੰ 6 ਵਜੇ ਮੈਨੂੰ ਮੈਸੇਜ ਕਰ ਰਹੇ ਨੇ ਕਿ ਹਲੀਨ ਮੇਰੇ ਫਾਦਰ ਮਦਰ ਨੂੰ ਉਹਨਾਂ ਨੇ ਕਹਿਣਾ ਕਿ ਕੁੜੀ ਲੇਟ ਆਂਦੀ ਐ ਤੁਹਾਨੂੰ ਕੋਈ ਨਹੀਂ ਪਤਾ ਕਿੱਥੇ ਜਾਂਦੀ ਐ ਕੀ ਕਰਦੀ ਐ ਮੈਨੂੰ ਐਪਰੀਸ਼ੀਏਟ ਤਾਂ ਕੀ ਕਰਨਾ ਉਹਨਾਂ ਨੇ ਮੈਨੂੰ ਸਿੰਪਲੀ ਬੋਲਿਆ ਕਿ ਤੇ ਮੇਰੇ ਬਹੁਤ ਨੇੜੇ ਦੇ ਰਿਲੇਟਿਵਸ ਨੂੰ ਆ ਲੱ ਜੋਸ ਲੋਕ ਦੇਖਦੇ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਮੇਰਾ ਪਿਆਰ ਭਰਿਆ ਸਸਕਾਲ ਮੇਰਾ ਨਾਮ ਹਲੀਨ ਗੌਰ ਮੈਂ ਐਜ਼ ਅ ਸਿਨੇਮਟੋਗ੍ਰਾਫਰ ਕੰਮ ਕਰ ਰਹੀ ਹਾਂ ਆਲਮੋਸਟ 5 ਸਾਲਾ ਤੋਂ ਮੈਂ ਇੱਕ ਇੰਜੀਨੀਅਰਿੰਗ professions ਤੋਂ ਬਿਲੋਂਗ ਕਰਦੀ ਹਾਂ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਮੈਂ ਚੰਡੀਗੜ੍ਹ ਯੂਨੀਵਰਸਿਟੀ ਤੋਂ ਕੀਤੀ ਆਲਮੋਸਟ 2010 11 ਦੇ ਰਾਊਂਡ ਉਸ ਟਾਈਮ ਤੇ ਮੈਨੂੰ ਕੋਈ ਆਈਡੀਆ ਨਹੀਂ ਸੀ ਕਿ ਮੈਂ ਕੀ ਕਰਨਾ ਹੈ ਕੀ ਨਹੀਂ ਕਰਨਾ ਤਾਂ ਮੈਂ ਉਹ ਹੁੰਦੇ ਨਾ ਲਾਈ ਲਗ ਬਣ ਕੇ ਬਸ ਆਪਣੇ ਬਰਦਰ ਕਰ ਰਹੇ ਸੀ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਮੈਂ ਉਸੇ ਜਾਣਾ ਜ਼ਰੂਰੀ ਸਮਝਿਆ ਜਦ ਤੁਸੀਂ ਲਾਸਟ ਇਅਰ ਚ ਸੀਗੇ ਤਾਂ ਉਦੋਂ ਮੇ ਮੈਨੂੰ ਅੱਜ ਵੀ ਯਾਦ ਹੈ ਕਿ ਉਹਨਾਂ ਨੇ Canon 550D ਮੈਨੂੰ ਭੇਜਿਆ ਸੀਗਾ ਤੇ ਉਹ ਕਰਦੇ ਕਰਦੇ ਪਹਿਲਾਂ ਤਾਂ ਕਾਫੀ ਮਹੀਨੇ ਮੈਂ ਡਰਦੇ ਮਾਰੇ ਹੋ ਕਿਉਂਕਿ ਮਹਿੰਗਾ ਕੈਮਰਾ ਸੀ ਰਾਈਟ 550D ਤੇ ਉਦੋਂ ਆਮ ਇਥੇ ਉਹਦੀ ਕੋਈ ਚੀਜ਼ਾਂ ਵੀ ਨਹੀਂ ਮਿਲਦੇਆਂ ਸੀ ਕੋਈ ਬੈਟਰੀ ਨਹੀਂ ਮਿਲਦੀ ਸੀ ਕੁਝ ਨਹੀਂ ਮਿਲਦੇ ਸੀਗੀ ਪਹਿਲਾਂ ਕਦੇ ਉਹਦੇ ਹੱਥ ਹੀ ਨਹੀਂ ਪਾਇਆ ਤੇ ਹੋਲੀ ਹੋਲੀ ਕਰਕੇ ਮੈਨੂੰ ਮੇਰੇ ਫਰੈਂਡਸ ਨੇ ਕਿਹਾ ਕਿ ਜਾਂ ਤੇਰੇ ਘਰ ਕੈਮਰਾ ਹੈ ਸਭ ਕੁਝ ਹੈ ਤਾਂ ਆਪਾਂ ਅੱਧਾ ਕਰਨਾ ਤੂੰ ਇੱਕ ਦਿਨ ਲੈ ਆ ਆਪਾਂ ਪੋਰਟਰੇਟਸ ਖਿੱਚਾਂਗੇ ਫੇਸਬੁਕ ਤੇ ਨਵੀਂ ਫੋਟੋਸ ਅਪਲੋਡ ਕਰਾਂਗੇ ਪਹਿਲਾਂ ਹਿੰਮਤ ਨਹੀਂ ਹੋਈ ਕੈਮਰਾ ਘਰੋਂ ਲੈ ਕੇ ਜਾਣ ਦੀ ਪਹਿਲਾਂ ਪਰਮਿਸ਼ਨ ਵੀ ਲੈਣੀ ਪੈਂਦੀ ਸਭ ਕੁਝ ਕਰਨਾ ਪੈਂਦਾ ਕਿਉਂਕਿ ਆਬਵੀਅਸਲੀ ਉਦੋਂ ਇੰਨੀ ਮਹਿੰਗੀ ਚੀਜ਼ ਸੀ ਉਹ ਤੇ ਇੱਕ ਸਿਰਫ ਅਲਮਾਰੀ ਚ ਜਿਵੇਂ 골ਡ ਰੱਖਿਆ ਹੁੰਦਾ ਨਾ ਉਦੋਂ ਪਿਆ ਸੀ ਅਲਮਾਰੀ ਸ ਲਿਟਰਲੀ ਚੋਰੀ ਕਰਦੇ ਆਂ ਤੋ ਕੈਮਰਾ ਜਿਹੜਾ ਹੈਗਾ ਉਹ ਲੈ ਕੇ ਗਏ ਕਾਲਜ ਤੋਂ ਬੰਕ ਮਾਰਿਆ ਕਾਲਜ ਤੋਂ ਬੰਕ ਮਾਰ ਕੇ ਆਸ-ਪਾਸ ਨਹਿਰ ਐਸੀ ਯੂ ਦੇ ਉੱਥੇ ਘੁੰਮਣ ਗਏ ਐਂਡ ਉੱਥੇ ਘੁੰਮਣ ਗਏ ਤਾਂ ਕਿਤੇ ਨਾ ਕਿਤੇ ਉੱਥੇ ਫੋਟੋਸ ਖਿੱਚੀਆਂ ਸਭ ਨੇ ਫੇਸਬੁੱਕ ਤੇ ਉਹਨਾਂ ਨੇ ਕੀ ਕੀਤਾ ਅਪਲੋਡ ਕਰ ਦਿੱਤਾ ਫੋਟੋਸ ਅਪਲੋਡ ਕੀਤੀਆਂ ਤਾਂ ਸਭ ਨੇ ਪੁੱਛਣਾ ਸ਼ੁਰੂ ਕੀਤਾ ਇਵਨ ਕਲਾਸਮੇਟਸ ਹੋਰ ਬਾਕੀ ਨੇ ਵੀ ਪੁੱਛਣਾ ਸ਼ੁਰੂ ਕੀਤਾ ਕਿ ਇਹਨੇ ਕਲਿੱਕ ਕੀਤੀ ਹੈ ਇਹਦਾ ਉਹਦਾ ਟੀਚਰਸ ਤੱਕ ਵੀ ਗੱਲ ਆ ਪਹੁੰਚ ਗਈ ਉਸ ਤੋਂ ਬਾਅਦ ਥਾਪੜ ਯੂਨੀਵਰਸਿਟੀ ਪਟਿਆਲਾ 'ਚ ਇੱਕ ਛੋਟਾ ਜਿਹਾ ਫੋਟੋਗ੍ਰਾਫੀ ਕੰਪੀਟੀਸ਼ਨ ਸੀਗਾ ਤੇ ਮੈਨੂੰ ਮੇਰੇ ਫਰੈਂਡਸ ਨੇ ਬੋਲਿਆ ਕਿ ਆਪਾਂ ਘੁੰਮਣ ਲਈ ਮੈਨੂੰ ਕਾਲਜ ਦੇ ਅਟੈਂਡੈਂਸ ਮਿਲ ਜੇਗੀ ਤੇ ਦੂਜੀ ਗੱਲ ਹੈ ਕਿ ਕੂਮਨ ਚੱਲਾਂਗੇ ਤੇ ਉੱਥੇ ਜਾ ਕੇ ਤੁਹ ਸਿਰਫ ਫੋਟੋ ਹੀ ਤੇ ਕਲਿੱਕ ਕਰਨੀ ਹੈ ਉਹ ਚਲੇ ਗਏ ਫਨ ਫਨ ਚ ਲਿਟਰਲੀ ਫਨ ਚ ਚਲੇ ਗਏ ਤੇ ਉੱਥੇ ਜਾ ਕੇ ਜੇ ਫੋਟੋ ਕਲਿੱਕ ਕੀਤੀ ਤਾਂ ਉਸ ਫੋਟੋ ਨੂੰ 50 ਪਾਰਟਿਸਪੀਐਂਟਸ ਜੋ ਆਈ ਥਿੰਕ ਮੈਂ ਇੱਕ ਕੱਲੀ ਫੀਮੇਲ ਪਾਰਟਿਸਪੀਐਂਟ ਸੀਗੀ ਉਦੋਂ ਤੇ ਉੱਥੇ ਮੈਨੂੰ ਸੈਕੰਡ ਪ੍ਰਾਈਜ਼ ਮਿਲਿਆ ਉਸ ਫੋਟੋ ਦਾ ਇੱਕ ਕਲੀਫ ਦੇ ਉੱਪਰ ਇੱਕ ਲੇਡੀ ਬਗ ਬੈਠੀ ਸੀਗੀ ਬਟ ਉਹਨੇ ਉਸ ਚੀਜ਼ ਨੂੰ ਐਪਰੀਸ਼ੀਏਟ ਆਊਟ ਕੀਤਾ ਤੇ ਮੈਨੂੰ ਵੀ ਕਾਫੀ ਖੁਸ਼ੀ ਹੋਈ ਕਿ ਹੁੰਦਾ ਨਾ ਇੱਕ ਸ਼ੌਂਕੀਆ ਤਰੀਕੇ ਚ ਤੁਸੀਂ ਜਾ ਕੇ ਕੈਮਰਾ ਸਿਰਫ ਘੁੰਮਣ ਲਈ ਲੈ ਕੇ ਗਏ ਹੋ ਤੇ ਉੱਥੇ ਜਾ ਕੇ ਤੁਹਾਨੂੰ ਉਸ ਚੀਜ਼ ਦਾ ਐਪਰੀਸ਼ੀਏਸ਼ਨ ਮਿਲ ਜੇ ਤੇ ਆਈ ਥਿੰਕ ਉਹ ਮੇਰੇ ਲਈ ਮੇਰਾ ਟਰਨਿੰਗ ਪੁਆਇੰਟ ਸੀ ਮੈਂ ਇੰਜੀਨੀਅਰਿੰਗ ਆਪਣੀ ਕੰਪਲੀਟ ਕੀਤੀ ਮੈਂ ਘਰਗਲ ਕੀਤੀ ਕਿ ਮੈਂ ਐਨੀਮੇਸ਼ਨ ਜਾਂ ਮਲਟੀਮੀਡੀਆ ਲਾਈਨ ਚ ਜਾਣਾ ਚਾਹੁੰਦੀ ਹਾਂ ਹੋਰ ਨਹੀਂ ਤਾਂ ਮੈਂ ਏਟਲੀਸਟ ਸਿਨੇਮੈਟੋਗ੍ਰਾਫੀ ਬਾਰੇ ਉਦੋਂ ਇੰਨਾ ਨਹੀਂ ਪਤਾ ਸੀ ਬਟ ਫੋਟੋਗ੍ਰਾਫੀ ਚ ਜਾਣਾ ਚਾਹੁੰਦੀ ਹਾਂ तो घरद ने पहला उन्होंने बोलिया कि तेरी इंजीनियरिंग कंप्लीट हो गई है तू मतलब जॉब क्यों नहीं देखती है एक बेसिक लाइफ राइट तू कि जॉब देख जॉब मिल ही जाएगी सब कुछ हो जाएगा बट फिर भी उन्होंने बोलिया कि तेरा अगर दिल कर दू आस पास कितने कोर्स देख लदों घरद की घर की कुछ रिस्पोंसिबिल कर जिना करके बहुत दूर तक नहीं जाया गया हालाँकि नॉर्थ इंडिया उदो कोई सीनेमेटोग्राफी या फोटोग्राफी रिलेटिड कोई कोर्स नहीं सट सी यू ने ही उदो रिसेंट टाइम्स एनीमेशन एंड मल्टीमीडिया कोर्स शुरू किया जो कि ਬੀਐਸਸੀ ਸੀ ਪਰ ਲਾਈਕ ਇਟਸ 3 ਸਾਲ ਦੀ ਬੀਐਸਸੀ ਸੀ ਤੇ ਉਸ ਵਿੱਚ ਐਡਮਿਸ਼ਨ ਲੈ ਲਈ ਉਸ ਵਿੱਚ ਮੈਂ ਪੜਾਈ ਸ਼ੁਰੂ ਕੀਤੀ ਬਟ ਉਹਦੇ ਵਿੱਚ ਜਦ ਮੈਨੂੰ ਜਾ ਕੇ ਪਤਾ ਲੱਗਾ ਕਿ ਐਨੀਮੇਸ਼ਨ ਔਰ ਮਲਟੀਮੀਡੀਆ ਤੇ ਫੋਟੋਗ੍ਰਾਫੀ ਐਂਡ ਸਿਨੇਮੈਟੋਗ੍ਰਾਫਿਕ ਬਹੁਤ ਹੀ ਡਿਫਰੈਂਟ ਪ੍ਰੋਸਪੈਕਟ ਹੈ ਤੇ ਉੱਥੇ ਜਾ ਕੇ 1 ਸਾਲ ਮੈਂ ਉਹਨੂੰ ਡਿਵੋਟ ਕੀਤਾ ਮੈਂ ਉਹਦੇ ਵਿੱਚ ਐਡੀਟਿੰਗ ਸਿੱਖੀ ਮੈਂ ਉਹਦੇ ਵਿੱਚ 3D ਸਿੱਖਿਆ ਮੈਂ ਉਹਦੇ ਵਿੱਚ VFX ਦੇ ਬੇਸਿਕ ਸਿੱਖੇ ਬਟ ਜੋ ਮੇਰੇ ਅੰਦਰ ਇੱਕ ਕੈਮਰਾ ਚਲਾਉਣ ਦੀ ਜਨੂੰਨ ਸੀਗਾ ਉਹ ਉੱਥੇ ਵੀ ਫੁੱਲਫਿਲ ਆਊਟ ਨਹੀਂ ਹੋ ਰਿਹਾ ਸੀ ఆఫ్టర్ దట్ ਮੈਂ ਇੱਕ ਸਾਲ ਬਾਅਦ ਆਲਮੋਸਟ ਆਪਣੇ ਪੇਰੈਂਟਸ ਨਾਲ ਗੱਲ ਕੀਤੀ ਕਿ ਮੈਂ ਕੋਰਸ ਡਰਾਪ ਆਊਟ ਕਰਨਾ ਚਾਹੁੰਦੀ ਆ ਗੁੱਸੇ ਤਾਂ ਨਹੀਂ ਹੋਏ ਬਰਟ ਕਿਤੇ ਨਾ ਕਿਤੇ ਉਹਨਾਂ ਦੀ ਟੋਨ 'ਚ ਫਰਕ ਆਇਆ ਕਿ ਆਲਮੋਸਟ 2022-23 ਹੋ ਚੁੱਕੇ ਹੈ ਕਿ ਤੈਨੂੰ ਹਲੇ ਵੀ ਯੂ ਆਰ ਜਸਟ ਐਕਸਪੈਰੀਮੈਂਟਿੰਗ ਵਿਦ ਯੋਰ ਲਾਈਫ ਤੋ ਉੱਥੇ ਹੀ ਮੈਨੂੰ ਕੁਝ ਆਪਣੇ ਸੀਨੀਅਰਸ ਮਿਲੇ ਉਹਨਾਂ ਨਾਲ ਮੈਂ ਇੱਕ ਉਰੇ ਲੋਕਲ ਮੋਹਾਲੇ ਸਟੂਡੀਓ ਸੀਗਾ ਕਰੂਜ਼ਿੰਗ ਸਟੂਡੀਓਜ਼ ਉਹ ਜੁਆਇਨ ਆਊਟ ਕੀਤਾ ਤੇ ਉਹ ਪਾਸ ਆਊਟ ਸੀਗੇ ਉਹ ਐਨੀਮੇਸ਼ਨ ਦੇ ਪਾਸ ਆਊਟ ਸੀਗੇ ਤੇ ਉੱਥੇ ਉਹਨਾਂ ਨਾਲ ਮੈਂ ਕੰਮ ਕਰਨਾ ਸ਼ੁਰੂ ਕੀਤਾ ਉਹ ਟੀਮ ਮੇਨ ਨਾਲ ਕੇਵਿਨ ਸਰ ਸੀਗੇ ਉਹ ਸਾਊਥ ਤੋਂ ਸੀਗੇ ਉਹਨਾਂ ਤੋਂ ਮੈਂ ਬਹੁਤ ਕੁਝ ਸਿੱਖਿਆ ਗੌਤਮ ਸਰ ਸੀ ਉਹਨਾਂ ਤੋਂ ਡਾਇਰੈਕਸ਼ਨ ਦੇ ਐਸਪੈਕਟ ਸਿੱਖੇ ਕੇ ਕੇਵਿਨ ਜੀ ਨੇ ਫੋਟੋਗ੍ਰਾਫੀ ਸਿਖਾਈ ਐਡੀਟਿੰਗ ਵੀ ਸਿੱਖਿਆ ਇਨਫੈਕਟ VFX ਵੀ ਸਿੱਖਿਆ ਉਹ ਕਰਦੇ ਕਰਦੇ ਸੀ ਉੱਥੇ ਬਹੁਤ ਸਾਰੇ ਗਾਣੇ ਜਿਹੜੇ ਸੀਗੇ ਲੋ ਬਜਟ ਗਾਣੇ ਸੀ ਉਹ ਸ਼ੁਰੂ ਕਰਦੇ ਤੇ ਆਈ ਥਿੰਕ ਪੰਜਾਬ ਦਾ ਸਭ ਤੋਂ ਪਹਿਲਾ ਵਨ ਟੈਕ ਗਾਣਾ ਵੀ ਅਸੀਂ ਕੀਤਾ ਸੀ ਇਸ ਨਾਲ ਇੱਕ ਹੋਰ ਜੁੜੀ ਹੋਈ ਸਟੋਰੀ ਹੈ ਕਿ ਇੱਕ ਬਹੁਤ ਹੀ ਫੇਮਸ ਵੀਡੀਓ ਡਾਇਰੈਕਟਰ ਨੇ ਉਹਨਾਂ ਨਾਲ ਮੈਂ ਨਾਮ ਤਾਂ ਨਹੀਂ ਲਵਾਂਗੀ ਬਟ ਉਹਨਾਂ ਨੂੰ ਮੈਂ ਇੱਕ ਵਾਰਮਨੀ ਪ੍ਰੋਫਾਈਲ ਦਿਖਾਈ ਤੇ ਮੈਂ ਉਹਨਾਂ ਨੂੰ ਬੋਲਿਆ ਕਿ ਅਸੀਂ অলমোস্ট উসে রাজে ইকওয়ান্তে গানা দিতা সি ওনা নে মেনু এপ্রিশিয়েট তা কি করনা ওনা নে মেনু সিম্পলি বোলিয়া কি ইস করকে গিতা সি কিয়ুকি উনু এডিট করনা সোকھا হ ইয়া ওদা বাজেট কাট লাগদা ম্যায়নে বাজেট ভি কাট নি লাগদা তে অবিয়াসলি উনু এডিট করনা ভি সোকھا নি হ এদদা নি হ কি তুসি এক দিন পেহলা প্ল্যান আউট কিতা তে তুসি কালু জাকে ও চিজ করতি assi roz sveere jaake पांच दिन लगातार एको वार वन टेड गाना जो शूट करने की कोशिश खुद ही एक्ट आउट करके करते सी उस चीज़ को तो डीमोटिवेट नहीं हुए अस करते करते गए बहुत सारे गाने किए एक टेक गाना गाणना फिर दूजा वनटेड गाना किया उस तो इलावा भी काफ़ी एक्सपेरीमेंटल प्रोजेक्ट्स असों हौली हौली एक बेसिक पे मिलनी शुरू हो गई ऑलमोस्ट पार मैं याद है कि स्टार्टिंग मेरी पे जी हज़ार से हाले तक गल जी है एक बेसिक डी एस एल आर कैमरा या उद तक फुल फ्रेम आ गए कैमरा हो रही थी बट फिर भी हले रेड वर्गे कैमरा या एरी वर्गे कैमरा हले नहीं ਉਹਦੇ ਲਈ ਮੈਨੂੰ ਖੁਦ ਨੂੰ ਲੱਗਦਾ ਸੀ ਕਿ ਸ਼ਾਇਦ ਮੇਰੀ ਲਾਈਟਿੰਗ ਦੀ ਨੌਲੇਜ ਹੋਣਾ ਬਹੁਤ ਜ਼ਰੂਰੀ ਹੈ ਤੇ ਸ਼ਾਇਦ ਮੈਂ ਹਲੇ ਉਨੀ ਮੈਨੂੰ ਨਹੀਂ ਪਤਾ ਲਾਈਟਿੰਗ ਬਾਰੇ ਆ ਜੋ ਵੀ ਹੈ ਉਸ ਤੋਂ ਬਾਅਦ ਲਾਈਟਿੰਗ ਦੀ ਨੌਲੇਜ ਲੈਣ ਲਈ ਮੈਂ ਕਾਫੀ ਸਾਰੇ ਡਿਓਪੀਜ਼ ਨੂੰ ਵੀ ਪੁੱਛਿਆ ਕਾਫੀ ਸਾਰੇ ਡਾਇਰੈਕਟਰਸ ਨੂੰ ਵੀ ਪੁੱਛਿਆ ਕਾਫੀ ਸਾਰੇ ਪ੍ਰੋਡਿਊਸਰਸ ਨਾਲ ਵੀ ਗੱਲ ਕੀਤੀ ਬਟ ਸਭ ਦਾ ਜਵਾਬ ਇੱਕ ਬਸ ਐਦਾ ਸੀਗਾ ਕਿ ਨਹੀਂ ਤੂੰ ਕੁੜੀ ਐ ਤੂੰ ਨਹੀਂ ਕਰ ਸਕਦੀ ਤੇਰੀ ਟੈਕਨੀਕਲ ਐਸਪੈਕਟ ਨਹੀਂ ਸਟਰੋਂਗ ਹੋ ਸਕਦਾ ਲਾਈਟਿੰਗ ਤੈਨੂੰ ਨਹੀਂ ਪਤਾ ਲੱਗਣੀ ਤੈਨੂੰ ਨਹੀਂ ਪਤਾ ਫਲਾਣੀ ਲਾਈਟ ਕਿਹੜੀ ਐ ਲਾਈਟਾਂ ਪਾਰੀ ਹੁੰਦੀਆਂ ਨੇ ਕੈਮਰਾ ਪਾਰੀ ਹੁੰਦਾ ਤੂੰ ਕਿਵੇਂ ਚੱਕੇਂਗੀ ਲੇਟ ਨਾਈਟ ਸ਼ੂਟਸ ਹੁੰਦੇ ਨੇ ਅਸੀਂ ਇੰਨੀ ਰਿਸਪੌਂਸਿਬਿਲਟੀ ਨਹੀਂ ਲੈ ਸਕਦੇ ਵੱਡੇ ਤੋਂ ਵੱਡੇ ਡੀਓਪੀ ਪੰਜਾਬ ਦੇ ਜਿੰਨੇ ਸੀ ਉਹਨਾਂ ਨੇ ਸਭ ਨੇ ਮੈਨੂੰ ਮਨਾਂ ਦਿੱਤਾ ਉਸ ਟਾਈਮ ਤੇ ਕਿਸੇ ਨੇ ਹੱਥ ਪੱਲਾ ਨਹੀਂ ਫੜਾਇਆ ਇੱਕ ਵਾਰ ਨੂੰ ਲੱਗਿਆ ਕਿ ਹੁਣ ਕੀ ਕਰਨਾ ਐ ਇੰਜੀਨੀਅਰਿੰਗ ਬਹੁਤ ਪਿੱਛੇ ਰਹਿ ਗਈ ਸੀ ਅੱਧੇ ਰਸਤੇ ਘੜੇ ਸੀ ਅੱਗੇ ਕੁਝ ਨਹੀਂ ਦਿਖ ਰਿਹਾ ਸੀ ਇੱਕ ਪ੍ਰੋਡਿਊਸਰ ਦੀ ਗੱਲ ਕਰਦੀਆਂ ਕਿ ਉਹਨਾਂ ਨੇ ਪੂਰਾ ਸ਼ੂਟ ਸਕੇਡਿਊਲ ਆਊਟ ਕੀਤਾ ਹੋਇਆ ਕੱਲ ਦਾ ਕਿ ਇੱਕ ਵੱਡੇ ਸਿੰਗਰ ਦਾ ਸ਼ੂਟ ਸੀਗਾ ਤੇ ਉਹ ਕਿਤੇ ਕੱਲ ਦਾ ਸਕੇਡਿਊਲ ਆਊਟ ਕੀਤਾ ਹੋਇਆ ਲੋਕੇਸ਼ਨ ਫਾਈਨਲ ਹੋਈਆਂ ਹੋਈਆਂ ਸਭ ਕੁਝ ਫਾਈਨਲ ਹੋਇਆ ਹੋਇਆ ਥੋੜੀ ਦੇਰ ਪਹਿਲਾਂ ਮੈਂ ਉਹਨਾਂ ਨਾਲ 3-4 ਵਜੇ ਮੀਟਿੰਗ ਕਰਕੇ ਗਈ ਐ ਤੇ ਸ਼ਾਮ ਨੂੰ 6 ਵਜੇ ਉਹ ਮੈਨੂੰ ਮੈਸੇਜ ਕਰ ਰਹੇ ਨੇ ਕਿ ਹਲੀਨ ਡੂ ਯੂ ਵਾਂਟ ਟੂ ਗੋ ਐਂਡ ਗੈਟ ਅ ਵਾਈਨ ਤਾਂ ਮੈਂ ਉਹਨਾਂ ਨੂੰ ਬੋਲਿਆ ਕਿ ਵਾਈਨ ਕਿਉਂ ਤਾਂ ਆਬਵੀਅਸਲੀ ਮੈਨੂੰ ਵੀ ਸਮਝ ਆਂਦੀ ਸੀ ਉਹ ਚੀਜ਼ ਕੀ ਹੈ ਠੀਕ ਹੈ ਬ ਉਹਨਾਂ ਨੂੰ ਮੈਂ ਕੁਝ ਨਹੀਂ ਕਿਹਾ ਮੈਂ ਉਹਨਾਂ ਨੂੰ ਸਿੰਪਲ ਨੋ ਲਿਖਿਆ ਬਟ ਅਗਲੇ ਦਿਨ ਉਹ ਸ਼ੂਟ ਜਿਹੜਾ ਸਾਰਾ ਸਕੇਡਿਊਲ ਆਊਟ ਹੋਇਆ ਹੋਇਆ ਸੀ ਸਾਰਾ ਰੈਂਟਲ ਇਕਵਿਪਮੈਂਟ ਹਾਇਰਡ ਸੀਗਾ ਸਭ ਕੁਝ ਸੀਗਾ ਉਹ ਕੈਨਸਲ ਆਊਟ ਹੋ ਗਿਆ ਮੈਂ ਨਹੀਂ ਉਹਨਾਂ ਨੂੰ ਪੁੱਛਿਆ ਕਿਉਂ ਨਹੀਂ ਹੋਇਆ ਕਿਉਂਕਿ ਉਹ ਸਾਰਿਆਂ ਲਈ ਹੀ ਕਲੀਅਰ ਸੀਗਾ ਕਿਉਂਕਿ ਇਨ ਰਿਟਰਨ ਐਕਸਪੈਕਟ ਕਰਦੇ ਸੀ ਇਸ ਆਹ ਗੱਲ ਸਾਰਿਆਂ ਨੂੰ ਦੱਸਣਾ ਇਸ ਕਰਕੇ ਜ਼ਰੂਰੀ ਸੀ ਕਿਉਂਕਿ ਅਗਰ ਉਸ ਦਿਨ ਮੈਂ ਉਸ ਬੰਦੇ ਨਾਲ ਵਾਈਨ ਵਾਈਨ ਪੀਂ ਚਲੇ ਜਾਂਦੀ ਅੱਜ ਗੋਡ ਫਾਰਗੋਟ ਸੇ ਕੁਝ ਵੀ ਹੁੰਦਾ ਕਿ ਆ ਨਹੀਂ ਹੁੰਦਾ ਮੈਨੂੰ ਨਹੀਂ ਪਤਾ ਬਟ ਉਹ ਚੀਜ਼ ਮੇਰੇ ਰਿਸਪੈਕਟ ਘਟਦੀ ਸ਼ਾਇਦ ਮੇਰਾ ਆਪਣੇ ਪੈਸ਼ਨ ਜਾਂ ਆਪਣੇ profession ਨੂੰ ਲੈ ਕੇ ਜਿਹੜਾ ਰਿਸਪੈਕਟ ਹੈ ਉਹ ਮੇਰੇ ਮਨ 'ਚ ਘਟਦਾ ਆਹ ਗੱਲ ਮੈਂ ਘਰ ਜਾ ਕੇ ਬਹੁਤ ਡਿਸਪਾਇੰਟ ਹੋ ਕੇ ਇਵਨ ਆਪਣੇ ਫਾਦਰ ਆਪਣੇ ਮਦਰ ਨੂੰ ਵੀ ਦੱਸੀ ਬਟ ਉਹਨਾਂ ਨੇ ਵੀ ਹਮੇਸ਼ਾ ਮੈਨੂੰ ਹੱਲਾਸ਼ੇਰੀ ਦਿੱਤੀ ਕਿ ਕੋਈ ਗੱਲ ਨਹੀਂ ਅਗਰ ਐਦਾਂ ਦੇ ਲੋਕ ਮਿਲੇ ਨੇ ਤੈਨੂੰ ਜੇ ਤੂੰ ਕਰਨਾ ਹੀ ਆ ਹੈ ਤਾਂ ਰੁਕਣਾ ਕਿਉਂ ਰਾਤ ਨੂੰ ਕਈ ਵਾਰ ਲੇਟ ਆਣਾ ਮੇਰੇ ਗ੍ਰੈਂਡਪੇਰੈਂਟਸ ਸੀਗੇ ਮੇਰੇ ਨਾਨੀ ਮਾਸ ਸੀ ਮੇਰੇ ਦਾਦੀ ਮਾਸ ਸੀਗੇ ਜੁਆਇੰਟ ਫੈਮਿਲੀ ਹੈ ਸਾਡੀ ਉਹਨਾਂ ਵੱਲੋਂ ਪਹਿਲਾਂ ਪਹਿਲਾਂ ਸਟਾਰਟਿੰਗ 'ਚ ਆਬਜੈਕਸ਼ਨ ਲੱਗਣੇ ਕਿ ਮੇਰੇ ਫਾਦਰ ਮਦਰ ਨੇ ਪਤਾ ਕਿੱਥੇ ਜਾਂਦੀ ਹੈ ਕੀ ਕਰਦੀ ਹੈ ਕਿਦਾਂ ਦੇ ਲੋਕਾਂ ਦਾ ਕੰਮ ਕਰਦੀ ਹੈ ਕਿਉਂਕਿ ਕੋਈ 9 to 5 ਜੌਬ ਨਹੀਂ ਹੈ ਤੁਹਾਨੂੰ ਤੁਹਾਡੇ ਕਾਲ ਟਾਈਮ ਦਾ ਪਤਾ ਹੁੰਦਾ ਪਰ ਤੁਸੀਂ ਕਦੋਂ ਆਣਾ ਹੈ ਤੁਹਾਨੂੰ ਉਹਦਾ ਕੋਈ ਸ케ड्यूल ਆਊਟ ਨਹੀਂ ਹੁੰਦਾ ਉਹ 12 ਘੰਟੇ ਵੀ ਹੋ ਸਕਦੇ ਨੇ 18 ਘੰਟੇ ਵੀ ਹੋ ਸਕਦੇ ਨੇ 24 ਘੰਟੇ ਵੀ ਹੋ ਸਕਦੇ ਨੇ ਕਰਦੇ ਕਰਦੇ ਕਾਫੀ ਰਿਲੇਟਿਵਸ ਵੀ ਇਹ ਗੱਲ ਫੈਲੀ ਮੈਨੂੰ ਲੱਗਣਾ ਕਿ ਸ਼ਾਇਦ ਮੈਂ weddings ਫੰਕਸ਼ਨਸ ਕਵਰ ਕਰਦੀ ਐ ਪ੍ਰੀ-weddings ਕਰਦੀ ਐ ਪ੍ਰੀ-weddings ਦਾ ਵੀ ਉਹ ਤੋਂ ਨਵਾਂ ਨਵਾਂ ਟ੍ਰੈਂਡ ਸ਼ੁਰੂ ਹੋਇਆ ਸੀ ਉਹਨਾਂ ਨੂੰ ਲੱਗਣਾ ਕਿ ਮੈਂ ਸ਼ਾਇਦ weddings ਹਲਦੀ ਇਹ ਉਹ ਕਵਰ ਕਰਦੀ ਐ ਤਾਂ ਉਹਨਾਂ ਨੇ ਇੱਕ ਜਦਵੀ ਮਿਲਣਾ ਕਿਸੇ ਵੀ ਫੈਮਿਲੀ ਫੰਕਸ਼ਨਸ ਤੇ ਵਿਆਹਾਂ ਤੇ ਗੈਟ ਟੂਗੇਦਰਸ ਤੇ ਤਾਂ ਉਹਨਾਂ ਨੇ ਮੈਨੂੰ ਕੁਛ ਨਾ ਕੀ ਕੀ ਕਰਦੇ ਹੋ ਅੱਛਾ ਤੂੰ ਤਾਂ ਇੰਜੀਨੀਅਰਿੰਗ ਕੀਤੀ ਸੀ ਤੇ ਹੁਣ ਇੱਧਰ ਕਿਵੇਂ ਆ ਗਈ ਹੁਣ weddings ਕਰਦੀ ਐ ਪ੍ਰੀ-weddings ਕਰਦੀ ਐ ਉਹਦੇ ਕਿੰਨੇ ਚਾਰजेस ਨੇ ਕੀ ਲੋਕੇਸ਼ਨ ਨੇ ਕੀ ਕਰਦੇ ਹੋ ਅੱਛਾ ਤੂੰ ਕੈਮਰਾ ਚਲਾਉਂਦੀ ਆ ਉਹਨਾਂ ਲਈ ਆਹੀ ਬਹੁਤ ਵੱਡਾ ਕੁਐਸਚਨ ਮਾਰਕ ਸੀਗਾ ਕਿਉਂਕਿ ਆਨੈਸਟਲੀ ਉਹਨਾਂ ਵਿੱਚੋਂ ਵੀ ਕਿਸੇ ਨੇ ਵੀ ਇਸ profession ਬਾਰੇ ਕੁੜੀ ਦੇ ਤੌਰ ਤੇ ਤਾਂ ਕਦੇ ਸੋਚਿਆ ਹੀ ਨਹੀਂ ਸੀ ਕਿ ਕੋਈ ਕੋ ਪਰਸੂਅ ਕਰ ਸਕਦਾ ਹੈ। ਉਹਨਾਂ ਨੂੰ ਜਦ ਆ ਪਤਾ ਲੱਗਣਾ ਕਿ ਮੈਂ 뮤직 ਇੰਡਸਟਰੀ ਕਿਉਂ ਕਰ ਰਹੀ ਤੱਕ ਮੈਂ 뮤직 ਇੰਡਸਟਰੀ ਵਿੱਚ ਕੰਮ ਕਰ ਰਹੀ ਸੀ। ਉਹਨਾਂ ਨੂੰ ਲੱਗਦਾ ਸੀਗਾ ਕਿ 뮤직 ਇੰਡਸਟਰੀ ਵਿੱਚ ਕੰਮ ਕਰਦੀ ਹੈ ਤਾਂ ਕਿਦਾਂ ਦੇ ਲੋਕਾਂ ਦਾ ਕੰਮ ਕਰਦੇ ਹੈ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਉਸ ਟਾਈਮ ਤੇ 뮤직 ਇੰਡਸਟਰੀ ਦੀ ਹਾਲਤ ਪਲੱਸ ਸਿੰਗਰਸ ਦੀ ਇੱਕ ਮੈਂਟੈਲਿਟੀ ਲੋਕਾਂ ਦੇ ਮਨ ਚ ਕੀ ਸੀਗੀ। ਤਾਂ ਉਹਨਾਂ ਨੂੰ ਲੱਗਦਾ ਸੀਗਾ ਕਿ ਆ ਕੋਈ ਕੰਮ ਹੋਇਆ ਚੰਗੀ ਪੜ੍ਹੀ ਇੰਜੀਨੀਅਰਿੰਗ ਕੁੜੀ ਨੂੰ ਗਰਵਾਈ ਹੈ। ਸਾ ਕਿੱਥੇ ਜਾ ਕੇ ਧੱਕੇ ਖਾ ਰਹੀ ਹੈ। ਕੀ ਕਰਦੀ ਹੈ? ਉਹਨਾਂ ਨੂੰ ਲੱਗਦਾ ਸੀ ਨੇੜੇ ਦੇ ਰਿਲੇਟਿਵਸ ਨੂੰ ਆ ਲੱਗਦਾ ਸੀ ਕਿ ਸ਼ਾਇਦ ਇਹਨੂੰ ਸ਼ੌਂਕ ਚੜਿਆ ਹੋਇਆ ਜੋ ਕਿ ਕੁਝ ਗ੍ਰੇਡਸ ਬਾਅਦ ਉਤਰ ਜਾਏਗਾ। ਕੁਝ ਰਿਲੇਟਿਵਸ ਨੇ ਜਾ ਘਰ ਆ ਕੇ ਰਹਿਣਾ ਮੇਰਾ ਸ਼ੂਟ ਹੋਣਾ ਮੈਂ ਲੇਟ ਆਣਾ ਉਹਨਾਂ ਨੇ ਕਰ ਵੱਡੇ ਸੀਗੇ ਮੰਮੀ ਪਾਪਾ ਤੋਂ ਤਾਂ ਉਹਨਾਂ ਨੂੰ ਬੋਲਦੇ ਰਹਿਣਾ ਕਿ ਤੁਹਾਨੂੰ ਬਿਲਕੁਲ ਧਿਆਨ ਦੀ ਹੈ ਕੁੜੀ ਦਾ ਤੁਸੀਂ ਦੇਖਦੇ ਨਹੀਂ ਹੋ। ਪੈਰੈਂਟਸ ਇਸ ਗੱਲ ਤੋਂ ਕਦੇ ਵੀ ਡਿਸਪਾਇੰਟ ਨਹੀਂ ਹੋਏ। ਉਹਨਾਂ ਨੇ ਆਹ ਗੱਲਾਂ ਹੁਣ ਤੱਕ ਇਰੇ ਕੰਨਾ ਤੱਕ ਅੱਧੀਆਂ ਹੀ ਗੱਲਾਂ ਪਹੁੰਚੀਆਂ ਹੋਣਗੀਆਂ ਉਹਨਾਂ ਨੇ ਕਦੇ ਮੈਨਾਂ ਇਸ ਚੀਜ਼ ਬਾਰੇ ਡਿਸਕਸ਼ਨ ਨਹੀਂ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਸੀ ਅਗਰ ਉਹ ਕਹਿਣਗੇ ਤਾਂ ਮੈਂ ਜਾਂ ਤਾਂ ਮੈਂ ਡੀਮੋਟੀਵੇਟ ਹੋਊਂਗੀ ਜਾਂ ਮੈਂ ਪ੍ਰੋਫੈਸ਼ਨ ਚੇਂਜ ਕਰਨ ਬਾਰੇ ਸੋਚ ਚੁੱਕੀ ਮੈਨੂੰ ਜਿਵੇਂ ਜਿਵੇਂ 뮤ਜ਼ਿਕ ਇੰਡਸਟਰੀ ਚ 뮤ਜ਼ਿਕ ਵੀਡੀਓਜ਼ ਕਰ ਕਰਕੇ ਲਾਈਟਿੰਗ ਕੈਮਰਾ ਦਾ ਨੌਲੇਜ ਸ਼ੁਰੂ ਹੋਈ ਉਦੋਂ ਮੈਨੂੰ ਪਤਾ ਲੱਗਿਆ ਕਿ 뮤ਜ਼ਿਕ ਤੇ ਫਿਲਮਾਂ ਚ ਕੀ ਫਰਕ ਹੈ 뮤ਜ਼ਿਕ ਵੀਡੀਓਜ਼ ਕਰਨਾ ਕੀ ਹੈ ਤੇ ਫਿਲਮ ਇੰਡਸਟਰੀ ਜਾ ਕੇ ਕੰਮ ਕਰਨਾ ਕੀ ਹੈ ਕਿਉਂਕਿ 뮤ਜ਼ਿਕ ਵੀਡੀਓਜ਼ ਤੇ ਫਿਲਮ ਦਾ ਇੱਕ ਸੀਨ ਡਿਜ਼ਾਈਨ ਕਰਨੇ ਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ ਉਸ ਸਨਮੈਟਿਕ ਐਕਸਪੀਰੀਅੰਸ ਹੈ ਆ ਸਿਰਫ ਇੱਕ ਐਂਟਰਟੇਨਮੈਂਟ ਐਕਸਪੀਰੀਅੰਸ ਹੈ ਇਸ ਚ ਮੈਂ ਹਰੀ ਨੀਲੀ ਯੈਲੋ ਕੁਝ ਲਾਈਟ ਬਾਕੇ ਕਰ ਸਕਦੇ ਬਟ ਇੱਕ ਜਿਹੜਾ ਸੀਨ ਦਾ ਫੀਲ ਹੁੰਦਾ ਫਿਲਮ ਇੰਡਸਟਰੀ ਚ ਉਹ ਕਿਤੇ ਨਾ ਕਿਤੇ ਹਲੇ ਸਿੱਖਣਾ ਬਾਕੀ ਸੀਗਾ ਫਿਲਮ ਇੰਡਸਟਰੀ ਦੀ ਮੇਰੀ ਪਹਿਲੀ ਫਿਲਮ ਮੇਰੇ ਇੱਕ ਦੋਸਤ ਨੇ ਡਾਇਰੈਕਟਰ ਨੇ ਉਹ ਵੀ ਪ੍ਰਦੀਪ ਪੋਲਰ ਉਹਨਾਂ ਨੇ ਜਗਦੀਪ ਸਿੱਧੂ ਨਾਲ ਪਹਿਲਾਂ ਏਡੀ ਦਾ ਕੰਮ ਕੀਤਾ ਸੀ ਉਹਨਾਂ ਨਾਲ ਮੈਂ ਆਪਣੀ ਪਹਿਲੀ ਫਿਲਮ ਵਲੀਦ ਕੀਤੀ ਸੀ ਜਿਸ ਚ ਰੁਪਿੰਦਰ ਰੂਪੀ ਮੈਮ ਸੀਗੇ ਤੇ ਪ੍ਰਕਾਸ਼ ਕਾਦੂ ਸਰ ਸੀ ਉਹ ਮੇਰਾ ਪਹਿਲਾ ਪ੍ਰੋਜੈਕਟ ਸੀਗਾ ਤੇ ਉਹ ਅਸੀਂ ਰਾਜਸਥਾਨ ਜਾ ਕੇ ਸ਼ੂਟ ਕੀਤਾ ਬਹੁਤ ਗਰਮੀ ਸੀ ਬਹੁਤ ਸਾਰੇ ਆਬਸਟੈਕਲਸ ਉੱਥੇ ਆਈਆਂ ਤੇ ਮੈਂ ਵੀ ਕੰਫੀਡੈਂਟ ਸੀ ਵੀ ਮੈਂ ਕੰਫੀਡੈਂਟ ਨਹੀਂ ਵੀ ਸੀ ਕਿਉਂਕਿ ਮੇਰੇ ਲਈ ਉਹ 뮤직 ਵੀਡੀਓਸ ਤੋਂ ਸਵਿਚ ਆਊਟ ਕਰਨਾ ਇੱਕ ਬਹੁਤ ਵੱਡੀ ਗੱਲ ਸੀ ਅਸੀਂ ਬਹੁਤ ਹੀ ਛੋਟੇ ਕੈਮਰੇ ਤੇ ਬਹੁਤ ਹੀ ਲਿਮਿਟਡ ਇਕੁਇਪਮੈਂਟ ਨਾਲ ਅਸੀਂ ਉਸ ਚੀਜ਼ ਤੇ ਕੰਮ ਕਰਨਾ ਸ਼ੁਰੂ ਕੀਤਾ ਉਹ ਆਲਮੋਸਟ 45 ਮਿੰਟਸ ਦੀ ਟੈਲੀਫੋਮ ਸੀਗੀ ਤੇ ਉੱਥੇ ਅਸੀਂ ਕੰਮ ਕੀਤਾ ਤੇ ਉੱਥੇ-ਉੱਥੇ ਜਿਵੇਂ-ਜਿਵੇਂ ਫਰੇਮ ਡਿਜ਼ਾਈਨਿੰਗ ਦੇ ਬਾਰੇ ਮੈਨੂੰ ਖੁਦ ਹੀ ਐਕਸਪੀਰੀਮੈਂਟ ਕਰ ਕਰਕੇ ਨੌਲੇਜ ਹੋਈ ਮੈਨੂੰ ਪਤਾ ਲੱਗਿਆ ਕਿ ਫਿਲ ਸ਼ਿੰਦੂ ਕਾਣਾ ਕੋ ਇਨਸਾਨ ਦਾ ਇੱਕ ਲੋ ਫੇਸ ਦਿਖਾਣਾ ਹੈ ਤਾਂ ਉਹਦੀ ਦੀ ਲਾਈਟਿੰਗ ਦੀ ਕੀ ਡਿਮਾਂਡ ਹੁੰਦੀ ਹੈ ਉਹ ਮੈਂ ਉਸ ਫਿਲਮ ਤੋਂ ਸਿੱਖੀ ਉਹ ਫਿਲਮ ਨੇ ਮੈਨੂੰ ਇੰਨੇ ਦਿਨਾਂ ਚ ਇੰਨਾ ਕੁਝ ਸਿਖਾਤਾ ਤੇ ਆਬਵੀਅਸਲੀ ਉਹ ਬਹੁਤ ਵੱਡੇ ਐਕਟਰ ਸੀਗੇ ਰੁਪਿੰਦਰ ਰੂਪੇਮ ਅਤੇ ਪ੍ਰਕਾਸ਼ ਗਾਦੂ ਸਰ ਬਟ ਉਹਨਾਂ ਨੇ ਸਾਨੂੰ ਨਿਊ ਬੀਜ਼ ਨਹੀਂ ਸਮਝਿਆ ਉਹਨਾਂ ਨੇ ਉਨਾ ਹੀ ਟਾਈਮ ਸਾਨੂੰ ਦਿੱਤਾ ਉਹਨਾਂ ਨੇ ਆਪਣਾ ਪ੍ਰੋਪਰ ਪੇਸ਼ੈਂਸ ਰੱਖੀ ਸਾਡੇ ਨਾਲ ਤੇ ਉਹ ਪੇਸ਼ੈਂਸ ਕਿਤੇ ਨਾ ਕਿਤੇ ਉਹ ਫਿਲਮ ਚ ਦਿਖਦੀ ਵੀ ਹੈ ਅੱਜ ਉਹ ਫਿਲਮ YouTube ਤੇ ਵੀ ਪਈ ਹੈ ਤੇ ਉਹ ਫਿਲਮ ਪ੍ਰੋਡਿਊਸ ਕੀਤੀ ਤੇ ਉਹ ਬਾਅਦ ਕਾਫੀ ਸਾਰੇ ਕੈਨੇਡਾ ਦੇ ਫਿਲਮ ਫੈਸਟੀਵਲਸ ਚ ਵੀ ਗਈ ਉਹ ਫਿਲਮ ਫੈ ਉਹ ਉੱਥੋਂ ਇੱਕ ਫਿਲਮ ਲਾਈਨ ਦੀ ਜਿਹੜੀ ਜਰਨੀ ਹੈ ਉਹ ਮੇਰੀ ਸ਼ੁਰੂ ਹੋ ਗਈ। ਅੱਗੇ ਪ੍ਰੋਡਕਸ਼ਨ ਹਾਊਸ ਹੈ ਆਪਣੇ ਮੋਹਾਲੀ ਥੀਏਟਰ ਆ ਮੇ ਫਿਲਮਸ ਉੱਥੇ ਗੱਬਰ ਸੰਗਰੂਰ ਨੇ ਉਹ ਵੀ ਉਹਨਾਂ ਨਾਲ ਬਾਪੇ ਬਾਕਿੱਤਾ ਜਿਹੜੀ ਹੈ ਉਹ ਥੋੜੀ ਵੱਡੀ ਤੇ ਉਹਨਾਂ ਦੀ ਫਿਲਮ ਆਈ ਸੀ ਜਲਵਾਯੂ ਇਨਕਲੇਵ ਤੇ ਉਹਨਾਂ ਨਾਲ ਕਾਫੀ ਮੀਟਿੰਗਸ ਹੁੰਦੀਆਂ ਰਹਿੰਦੀਆਂ ਸੀ ਚੀਜ਼ਾਂ ਨੂੰ ਲੈ ਕੇ ਬਟ ਇੱਕ ਦਿਨ ਉਹਨਾਂ ਦਾ ਰੈਂਡਮ ਹੀ ਕਾਲ ਆਇਆ ਕਿ ਅ ਰਲੀਨਾ ਸੀ ਜਲਵਾਯੂ ਇਨਕਲੇਵ ਇੱਕ ਫਿਲਮ ਕੀਤੀ ਹੈ ਗੁਚ ਐਸ ਦੀ ਫਿਲਮ ਸੀ ਉਹ ਤੇ ਉਹਦਾ ਕੁਝ ਪੈਚਵਰਕ ਪੈਂਡਿੰਗ ਹੈਗੀ ਤਾਂ ਅਗਰ ਤੂੰ ਵਿਲੰਗੇ ਤਾਂ ਆਪਾਂ ਉਹ ਪੈਚਵਰਕ ਕਰ ਲੈਂਦੇ ਆ ਤਾਂ ਮੈਨੂੰ ਉਹ ਮੇਰੇ ਲਈ ਇੱਕ ਬਹੁਤ ਵੱਡਾ ਆਫਰ ਸੀਗਾ ਕਿਉਂਕਿ ਪਹਿਲੀ ਗੱਲ ਉਹ ਇੱਕ ਫੀਚਰ ਫਿਲਮ ਸੀ ਮੈਂ ਉਦੋਂ ਤੱਕ ਕੋਈ ਫੀਚਰ ਫਿਲਮ ਨਹੀਂ ਕੀਤੀ ਸੀ ਤੇ ਜਦ ਉਹਨਾਂ ਨੇ ਮੈਨੂੰ ਤੇ ਇੰਨਾ ਵਿਸ਼ਵਾਸ ਦਿਖਾਇਆ ਇਨ ਫੈਕਟ ਉਹਦੇ ਡਾਇਰੈਕਟਰ ਸੀ ਦੀਪਕ ਥਾਪਰ ਉਹਨਾਂ ਨੇ ਜਦ ਮੈਨੂੰ ਸਾਰਾ ਸੀਨ ਆਊਟ ਡਿਸਕਸ ਆਊਟ ਕੀਤਾ ਸਭ ਕੁਝ ਗੱਲਾਂ ਕੀਤੀਆਂ ਤਾਂ ਉੱਥੇ ਜਾ ਕੇ ਉਹਨਾਂ ਨੇ ਮੈਨੂੰ ਐਗਜ਼ੀਕਿਊਟ ਕਰਨ ਦਾ ਜਿਹੜਾ ਦੋ ਤਿੰਨ ਦਿਨ ਦਾ ਮੌਕਾ ਮਿਲਿਆ ਉਹ ਫਿਲਮ ਦਾ ਇੱਕ ਅੱਧਾ ਗਾਣਾ ਚਿੱਟਾ ਗੁਰਤਾ ਸੀ ਉਹ ਵੀ ਮੈਂ ਸ਼ੂਟ ਕੀਤਾ ਮੈਂ ਉਹਦੇ ਫਿਲਮ ਦੇ ਕਾਫੀ ਸੀਨਸ ਜਿਹੜੇ ਸੀਗੇ ਉਹ ਸ਼ੂਟ ਆਊਟ ਕੀਤੇ ਇੱਕ ਹੋਰ ਸ਼ਾਰਟ ਫਿਲਮ ਜਿੱਤ ਦੇ ਨਿਸ਼ਾਨ ਜੋ ਅੱਜ ਕੱਲ ਫਿਲਮ ਫੈਸਟੀਵਲਸ ਟਰੈਵਲ ਆਊਟ ਕਰ ਰਹੀ ਹੈ ਉਹ ਚ ਮਲਗੀਤ ਰੌਣੀ ਸਰ ਨੇ ਤੇ ਰੁਪਿੰਦਰ ਰੂਪੀ ਮੈਮ ਨੇ ਉਹ ਵੀ ਕਿਤੇ ਨਾ ਕਿਤੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਚ ਆਦੇ ਟਾਈਮਸ ਟ੍ਰੈਵਲ ਆਊਟ ਕਰ ਰਹੀ ਹੈ ਉਹ ਫਾਰਮਰ ਪ੍ਰੋਟੈਸਟ ਦੀ ਫਿਲਮ ਹੈ ਉਹ ਫਿਲਮ ਦੇ ਹੀ ਚੰਗਾ ਬਜਟ ਵੀ ਮਿਲਿਆ ਉਹ ਫਿਲਮ ਨਹੀਂ ਚੰਗੇ ਚੰਗਾ ਲਾਈਟਿੰਗ ਰੂਪਿੰਦ ਵੀ ਅਸੀਂ ਕਰ ਪਾਏ ਤੇ ਉਹ ਚੀਜ਼ ਨੇ ਉਹ ਉਸ ਉਸ ਪਰ ਪਾਰਟਿਕੂਲਰ ਪ੍ਰੋਜੈਕਟ ਨੇ ਵੀ ਮੈਨੂੰ ਕਾਫੀ ਕੁਝ ਸਿਖਾਇਆ ਅੱਗੇ ਜਾ ਕੇ ਇੱਕ ਡੀਓਪੀ ਨੇ ਬੰਬੇ ਦੇ ਆਪਣੀ ਪੰਜਾਬ ਦੀ ਫਿਲਮਾਂ ਵੀ ਕਰਦੇ ਨੇ ਜੀਪ ਦੀ ਐਡਸ ਵੀ ਕਰਦੇ ਨੇ ਸਪਨ ਰੂਲਾ ਸਰ ਉਹਨਾਂ ਦਾ ਵੀ ਉਹਨਾਂ ਨੇ ਮੈਨੂੰ ਕਾਫੀ ਸਪੋਰਟ ਆਊਟ ਕੀਤਾ ਉਹਨਾਂ ਨਾਲ ਜਾ ਕੇ ਅਸੀਂ ਜੀਪ ਦੀ ਇੱਕ ਜੀਪ ਗੱਡੀ ਦੀ ਕੈਡਰ ਐਡਵਰਟਾਈਜ਼ਮੈਂਟ ਜਿਹੜੀ ਹੈ ਉਹ ਕਰਕੇ ਆਏ ਉਹਨਾਂ ਨਾਲ ਕੰਮ ਕਰਨ ਦਾ ਐਜ਼ ਐਨ ਅਸਿਸਟੈਂਟ ਸਿਨੇਮਾਟੋਗ੍ਰਾਫਰ ਮੈਨੂੰ ਮੌਕਾ ਮਿਲਿਆ ਅਗੇ ਉਹਨਾਂ ਨਾਲ ਹੀ ਗੀਪੀ ਗਰੇਵਾਲ ਦੀ ਫਿਲਮ ਸੀਗੀ ਮਿੱਤਰਾਂ ਦਾ ਨਾਂ ਚੱਲਦਾ ਉਹਦੇ 'ਚ ਉਹਨਾਂ ਨੇ ਸੈਕੰਡ ਸ਼ੈਡਿਊਲ 'ਚ ਜੀਬ ਐਡ ਕੰਮ ਕਰਨ ਤੋਂ ਬਾਅਦ ਸੈਕੰਡ ਸ਼ੈਡਿਊਲ 'ਚ ਉਹਨਾਂ ਨੇ ਮੈਨੂੰ ਬੁਲਾਇਆ ਤੇ ਇੱਕ ਰੈਂਡਮ ਡੇ ਉਹਨਾਂ ਨੇ ਮੈਨੂੰ ਬੋਲਿਆ ਕਿ ਹਰਲੀਨ ਤੂੰ ਸੈਕੰਡ ਕੈਮਰਾ ਹੈਂਡਲ ਕਰਨਾ ਉਹ ਵੀ ਮੇਰੇ ਲਈ ਕਾਫੀ ਵੱਡੀ ਗੱਲ ਸੀਗੀ ਕਿਉਂਕਿ ਉਦੋਂ ਤੱਕ ਮੈਂ ਐਰੀ ਦੇ ਕਿਸੇ ਵੀ ਕੈਮਰਾ ਨੂੰ ਹੱਥ ਨਹੀਂ ਛਿਪਾਇਆ ਉਦੋਂ ਤੱਕ ਮੈਂ ਉਸ ਸੈੱਟ ਤੇ ਸਿਰਫ ਇਸ ਕਰਕੇ ਹੋਣਾ ਚਾਹੁੰਦੀ ਸੀ ਤਾਂ ਕਿ ਮੈਨੂੰ ਵੱਡੀ সিনেমੈਟਿਕ ਲਾਈਟਸ ਦਾ ਪਤਾ ਲੱਗ ਜਾਏ ਬਟ ਉਹਨਾਂ ਦਾ ਇੰਨਾ ਫੇਡ ਦੇ ਕੇ ਉਹਨਾਂ ਨੇ ਮੈਨੂੰ ਤੇ ਫੇਜ ਦਿਤਾਇਆ ਤੇ ਐਟਲੀਸਟ 5-6 ਦਿਨ ਦਾ ਜਿਹੜਾ ਕੋਰਟ ਰੂਮ ਸੀਨ ਸੀਗਾ ਉਹ ਸਾਰਾ ਅਸੀਂ ਉੱਥੇ ਸ਼ੂਟ ਕੀਤਾ ਤੇ ਸੈਕਿੰਡ ਕੈਮਰਾ ਸਾਰਾ ਉਹਨਾਂ ਨੇ ਮੇਰੇ ਉੱਪਰ ਹੀ ਹੈਂਡਓਵਰ ਕਰਤਾ ਸੀ ਕਿ ਤੂੰ ਫਰੇਮਿੰਗ ਕਰ ਤੂੰ ਸ਼ੂਟ ਕਰ ਜੋ ਮਰਜ਼ੀ ਕਰ ਰੀਸੈਂਟ ਹੁਣ ਅਸੀਂ ਇੱਕ ਫਿਲਮ ਕੀਤੀ ਹੈ ਗੱਡੀ ਜਾਂਦੀ ਹੈ ਛਲਾਂਗਾ ਮਾਰਦੀ ਉਹਦੇ ਚ ਵੀ ਰਵੀ ਕੁਮਾਰ ਸਨਸਰ ਨੇ ਆਲਮੋਸਟ ਪੰਜਾਬ ਦੀ 70 ਤੋਂ 80% ਫਿਲਮਸ ਹੋ ਕਰਦੇ ਨੇ ਐਨੇ ਵੱਡੇ ਵੱਡੇ ਸਮੀਪ ਕੰਗ ਸਰ ਨੇ ਐਮਏ ਵਰਕ ਨੇ ਉਹਨਾਂ ਨਾਲ ਕੰਮ ਕਰਕੇ ਕਿਤੇ ਨਾ ਕਿਤੇ ਇਕਨੋਲਜ ਇਨਕਰੀਸ ਜਿਹੜੀ ਮੇਰੀ ਹੋਈ ਹੀ ਹੈ ਤੇ ਕਿਤੇ ਨਾ ਕਿਤੇ ਕੰਫੀਡੈਂਸ ਲੈਵਲ ਵੀ ਹੈ ਉਹ ਵਧਿਆ ਹੀ ਹੈ ਤਾਂ ਬੈਸਟ ਡੀਓਪੀਸ ਨਾਲ ਕਹਿ ਲੋ ਕਿ ਤੁਸੀਂ ਨਾ ਕਿਤੇ ਨਾ ਕਿਤੇ ਕੰਮ ਕਰ ਰਹੀ ਹੈ ਜਾਂ ਘੈਲੋ ਕਰ ਚੁਕੀ ਹੈ ਆਰਨਲ ਪ੍ਰੋਜੈਕਟਸ ਵੀ ਕਾਫੀ ਨੇ ਵੱਡੇ ਡੀਓਪੀਸ ਨਾਲ ਤੇ ਖੁਦ ਦੇ ਵੀ ਪਰਸਨਲ ਪ੍ਰੋਜੈਕਟ ਐਜ਼ ਅ ਡੀਓਪੀ ਕਾਫੀ ਲਾਈਨ ਅਪ ਨੇ ਕੋਈ ਵੀ ਕੁੜੀ ਸਪੈਸ਼ਲੀ ਅਗਰ ਕੋਈ ਫੀਲ ਚਾਹਣਾ ਚਾਹਦੀ ਹੈ ਕੁਝ ਵੀ ਕਰਨਾ ਚਾਹਦੀ ਹੈ ਪੰਜਾਬ ਚ ਸਿਨੇਮੈਟੋਗ੍ਰਾਫਰ ਕੁੜੀ ਕੋਈ ਨਹੀਂ ਹੈ ਅਗਰ ਮੈਂ ਵੀ ਆਪਣੀ ਗੱਲ ਕਰ ਰਹਾ ਤਾਂ ਮੈਂ ਸਾਰੇ ਹੀ ਇੱਕ ਮੇਲ ਕਰੂ ਨਾ ਸਰਾਊਂਡਡ ਕੰਮ ਕਰਦੀ ਹਾਂ ਕਿਤੇ ਨਾ ਕਿਤੇ ਉਹਨਾਂ ਨੇ ਮੈਨੂੰ ਹੁਣ ਮੈਂ ਆਪਣਾ ਸੇਫ ਸਪੇਸ ਉਹਨਾਂ ਦੇ ਵਿੱਚ ਵੀ ਬਣਾ ਲਿਆ ਹੈ ਮੈਨੂੰ ਉਹਨ ਕਿਤੇ ਨਾ ਕਿਤੇ ਸੈਂਸ ਆਊਟ ਵੀ ਹੋਣ ਲੱਗਿਆ ਕਿ ਕਿਹੜੇ ਲੋਕਾਂ ਤੋਂ ਦੂਰ ਰਹਿਣਾ ਇਸ ਸਟੋਰੀ ਤੋਂ ਇਨਸਪਾਇਰ ਹੋ ਕੇ ਜਾਂ ਇਨਫੈਕਟ ਮੇਰੀ ਇੱਕ ਅਪੀਲ ਹੀ ਹੈ ਕਿਉਂਕਿ ਫਿਲਮ ਇੰਡਸਟਰੀ ਨੂੰ ਪੰਜਾਬੀ ਕੁੜੀਆਂ ਦੀ ਮੇਕਅਪ ਆਰਟਿਸਟ ਤੋਂ ਇਲਾਵਾ ਕੋਸਟਿਊਮ ਡਿਜ਼ਾਈਨਰ ਤੋਂ ਇਲਾਵਾ ਇੱਕ ਟੈਕਨੀਕਲ ਫੀਲਡ 'ਚ ਬਹੁਤ ਜ਼ਿਆਦਾ ਲੋੜ ਹੈ ਆਪਣੇ ਆਪ ਨੂੰ ਘੱਟ ਨਾ ਸਮਝੋ ਪਲੀਜ਼ ਅੱਗੇ ਆਓ ਸਟਰਗਲ ਹੈ ਲੇਕਿਨ ਸਕਸੈਸ ਵੀ ਬਹੁਤ ਲੌਂਗਰ ਹੈ ਤੇ ਓਨੈਸਟਲੀ ਅੱਜ ਜਿਹੜੀ ਤਾਨੂੰ ਇੰਟਰਨਲ ਸੈਟੀਸਫੈਕਸ਼ਨ ਦੋਗੇ ਅਗਰ ਤੁਸੀਂ ਥੋੜਾ ਜਿਹਾ ਵੀ ਕੈਮਰਾ ਨੂੰ ਲੈ ਕੇ ਜਾਂ ਆਪਣੇ ਫੋਨ ਨਾਲ ਫੋਟੋਗ੍ਰਾਫੀ ਕਰਦੇ ਹੋ ਜਾਂ ਕੈਮਰਾ ਨਾਲ ਫੋਟੋਗ੍ਰਾਫੀ ਕਰਦੇ ਹੋ ਤਾਂ ਪਲੀਜ਼ ਇਸ ਚੀਜ਼ ਨੂੰ ਵੀ ਐਜ਼ ਅ profession ਦੇਖਣਾ ਸ਼ੁਰੂ ਕਰੋ ਕਿਉਂਕਿ ਇਸ ਚ ਲਰਨਿੰਗ ਐਕਸਪੀਰੀਅੰਸ ਬਹੁਤ ਜ਼ਿਆਦਾ ਹੈ ਐਂਡ ਸਭ ਤੋਂ ਵੱਡੀ ਗੱਲ ਇਸ ਟੈਕਨੀਕਲ ਐਕਸਪੀਰੀਅੰਸ ਆ ਤੁਹਾਨੂੰ ਹੋ ਜਾਂਦਾ ਹੈ ਨਾ ਤਾਂ ਤੁਹਾਡੇ ਤੇ ਕੋਈ ਸੈਕਿੰਡ ਡਾਊਟ ਨਹੀਂ ਕਰਦਾ ਕਿ ਜਿਵੇਂ ਕਿਹਾ ਜਾਂਦਾ ਸੀ ਨਾ ਕਿ ਕੁੜੀਆਂ ਕੰਪਿਊਟਰ ਕਿਵੇਂ ਚਲਾ ਲੈਣਗੀਆਂ ਠੀਕ ਕਿਵੇਂ ਕਰ ਲੈਣਗੀਆਂ ਉਵੇਂ ਕੈਮਰਾ ਸੈਟਿੰਗਸ ਬਾਰੇ ਨਾ ਜਦ ਮੈਂ ਲੋਕਾਂ ਨੂੰ ਖੁਦ ਜਾ ਕੇ ਦੱਸਦੀ ਆ ਨਾ ਤਾਂ ਉਹ ਹੈ ਆਪਾਂ ਸਾਰੇ ਮਿਲ ਕੇ ਹੁਣ ਥੋੜਾ ਇਸ ਚੀਜ਼ ਨੂੰ ਡੋਮਿਨੇਟ ਆਊਟ ਕਰ ਲਏ ਥੈਂਕ ਯੂ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ